ਅੱਜ ਆਪਾਂ ਦੁਨੀਆ ਦਾ ਸਭ ਤੋਂ ਆਸਾਨ ਪਰਨਾ ਬੰਦਣਾ ਸਿੱਖੂਗੇ ਜਿਹਨੂੰ ਆਪਾਂ ਡੱਬੀ ਵਾਲਾ ਪਰਨਾ ਕਹਿੰਦੇ ਆ ਪਹਿਲਾ ਮਰਿਆਦਾ ਅਨੁਸਾਰ ਆਪਾਂ ਜੂੜਾ ਸੈਂਟਰ ਦੇ ਵਿੱਚ ਕਰਨਾ ਤੇ ਜਿੱਦਾਂ ਮੈਂ ਮਤਲਬ ਪੂਣੀ ਫਿੱਟ ਕਰੀ ਆ ਉਦਾਂ ਪੂਣੀ ਦੀ ਫੈਟਿੰਗ ਕਰਕੇ ਆਪਾਂ ਫਿਰ ਜਿਹੜਾ ਪੈਦਲਿੰ ਟੱਕ ਲੈਣਾ ਤੇ ਪਹਿਲੇ ਲੜ ਨੂੰ ਪਾਈਪ ਪ੍ਰਕਾਰ ਫੋਲਡ ਕਰਕੇ ਅੱਧੀ ਅੱਖ ਅੱਧੀ ਗੱਲ ਤੇ ਕਾਂਦੇ ਥੱਲੇ ਨੂੰ ਟਿਕਾ ਕੇ ਲਾ ਲੈਣਾ ਅੱਖ ਥੋੜੀ ਢੱਕ ਲਿਓ ਕਿਉਂਕਿ ਅੱਖ ਪਰ ਤੇ ਨਾ ਲਾੜਾ ਖਿਸਕ ਜਾਂਦਾ ਹੁੰਦਾ ਡੱਬੀ ਵਾਲਾ ਪਰਨਾ ਜਦੋਂ ਆਪਾਂ ਬੰਨਦੇ ਆ ਇਹਦੇ ਨਾਲ ਲਾਜ਼ਮੀ ਆ ਖਿਸਕਣਾ ਤੁਸੀਂ ਦੇਖਿਆ ਹੋਊ ਇਹਨਾਂ ਨੋਟਿਸ ਕਰਿਆ ਹੋਊਗਾ ਫਿਰ ਇਸ ਪ੍ਰਕਾਰ ਪੂਣੀ ਨਾਲ ਪੂਣੀ ਇਸ ਪ੍ਰਕਾਰ ਖੋਲ ਕੇ ਨਾਲ ਕੰਨੀ ਨਾਲ ਕੰਨੀ ਮਿਲਾ ਕੇ ਸੈਂਟਰ ਚੋ ਲਿਆਉਣਾ ਤੇ ਨਾਲ ਫੇੜੀ ਥੱਲੇ ਕੰਨੀ ਬਣੀ ਆ ਇਹਨੂੰ ਖਿੱਚ ਪਾ ਲੈਣੀ ਖਿਚ ਪਾ ਕੇ ਸਿੰਪਲੀ ਫੇਰ ਇਹਨੂੰ ਆਪਾਂ ਨੇ ਫੋਲਡ ਕਰ ਦੇਣਾ ਜੇ ਤੁਸੀਂ ਪਟਿਆਲਾ ਸ਼ੀ ਪਰਨਾ ਬੰਨਦੇ ਹੋ ਤਾਂ ਤੁਹਾਨੂੰ ਲੱਥੀ ਆ ਲੜ ਨੂੰ ਸਿੰਪਲ ਇਸ ਪ੍ਰਕਾਰ ਲਾ ਲਿਓ ਜੇ ਤੁਸੀਂ ਬਲੰਗਲਾ ਬੰਨਦੇ ਹੋ ਤਾਂ ਤੁਸੀਂ ਜਿਵੇਂ ਤੁਸੀਂ ਬਲ ਪਾਉਂਦੇ ਹੋ ਨੇ ਤਾਂ ਬਲ ਪਾ ਲਿਓ ਠੀਕ ਹੈ ਜੀ ਜਿਹੜਾ ਇਹ ਪਰਨਾ ਹਰੇਕ ਬੰਦਾ ਬੰਨ ਸਕਦਾ ਹੈ ਯਾਨੀ ਕਿ ਕੋਈ ਵੀ ਤੁਸੀਂ ਪੱਗ ਦਾ ਸਟਾਈਲ ਬੰਨਦੇ ਹੋ ਉਦਾਂ ਹੀ ਇਹ ਪਰਨੇ ਨੂੰ ਤੁਸੀਂ ਆਸਾਨੀ ਨਾਲ ਬੰਨ ਸਕਦੇ ਹੋ ਫਿਰ ਆ ਯਾਦ ਰੱਖਣਾ ਕੰਨੀ ਨਾਲ ਕੰਨੀ ਮਲਾ ਕੇ ਇਹਦੀ ਪੂਣੀ ਹੋਣੀ ਆ ਪੂਣੀ ਕੋਈ ਪਹਿਲਾਂ ਨਹੀਂ ਕਰਨੀ ਜ਼ਰੂਰੀ ਹੈਗੀ ਪੂਣੀ ਨਾਲ ਦੀ ਨਾਲ ਹੋ ਜਾਣੀ ਆ ਤੇ ਫਿਰ ਜਿਹੜਾ ਪਹਿਲਾਂ ਮਤਲਬ ਢੱਕ ਲੈਣਾ ਜਿੱਦਾਂ ਹੁਣ ਮੈਂ ਪਹਿਲਾਂ ਢੱਕਿਆ ਫੀਲ ਇਹਦਾ ਹਨਾ ਉਦੋਂ ਹੀ ਤੁਸੀਂ ਢੱਕ ਲਿਓ ਤੁਸੀਂ ਆਸਾਨ ਰਹੋਗੇ ਠੀਕ ਹੈ ਜੀ ਇਦਾਂ ਵੀ ਬਲ ਪਾ ਸਕਦੇ ਹਾਂ ਦੇਖੋ ਸਿੰਪਲ ਇਸ ਪ੍ਰਕਾਰ ਆਪਾਂ ਅੰਦਰੋਂ ਨਹੀਂ ਫੋਲਡ ਕੀਤਾ ਹੁਣ ਇਸ ਵਾਰ ਬਲ ਪਾਏ ਤੇ ਪਰਨ ਦੀ ਸ਼ੇਪ ਨੂੰ ਉਪਰ ਚੱਕ ਦੇਗੇ ਇਹਨੂੰ ਸੈਂਟਰ ਦੇ ਤਾ ਜੋਰਾ ਫੈਂਟਰ ਦੇਣਾ ਤਾਂ ਆਪਾਂ ਬਾਜ ਦੀ ਫਾਇਤਾਂ ਨਾਲ ਸੈਂਟਰ ਦਿੰਦੇ ਹੁ ਜਿਹੜਾ ਲੜ ਮਤਲਬ ਅੱਗੇ ਆ ਰਿਹਾ ਤਾਂ ਉਹਨੂੰ ਪਿੱਛੇ ਕਰਤਾ ਹੁਣ ਜਿਹੜਾ ਇਹ ਪਰਨਾ ਜੂੜੇ ਪਰ ਬੰਨਿਆ ਜਾ ਰਿਹਾ ਤੁਸੀਂ ਆਪਣੇ ਅਕੋਰਡਿੰਗ ਇਹ ਪਰਨੇ ਨੂੰ ਉੱਪਰੋਂ ਚੱਕ ਸਕਦੇ ਆ ਤੇ ਮਤਲਬ ਪਰਾਲਾ ਸੀਸ਼ੇ ਹਿੱਪ ਦੇ ਸਕਦੇ ਆ ਜਾਂ ਤੁਸੀਂ ਇਹਨੂੰ ਸੈਮੀ ਟੱਚ ਦੇ ਵਿੱਚ ਵੀ ਥੱਲੇ ਥੱਲੇ ਬੰਨ ਸਕਦੇ ਆ ਠੀਕ ਆ ਜੀ ਤੇ ਫਿਰ ਦੇਖੋ ਉੱਪਰਲੀ ਸਾਈਡ ਆਪਾਂ ਚੰਗੀ ਤਰ੍ਹਾਂ ਕਵਰ ਕਰਿਆ ਹੋਇਆ ਤਾਂ ਕਵਰ ਕਰਕੇ ਆਪਾਂ ਨੇ ਬਾਜ ਦੀ ਫਾਇਤਾਂ ਨਾਲ ਜਿਹੜਾ ਉੱਪਰ ਢਿੱਲ ਪਈ ਉਹਨੂੰ ਸੈੱਟ ਕਰ ਲਿਆ ਦੇਖੋ ਕੰਨੀ ਨਾਲ ਕੰਨੀ ਫੇਰ ਖੋਲੀ ਆਪਾਂ ਉੱਪਰ ਕੰਨੀ ਥੋੜੀ ਵੇਖੋ ਯਾਰ ਬਹੁਤ ਟਾਈਮ ਬਾਅਦ ਪਾਹੀ ਵੀਡੀਓ ਪਾਈ ਆ ਤੁਸੀਂ ਯਾਰ ਮੈਂ ਦੇਖਿਆ ਪੰਜ ਚਾਰ ਦਿਨ ਹੋ ਗਏ ਤੁਸੀਂ ਵੀਡੀਓ ਨੂੰ ਵਧੀਆ ਰਿਸਪੌਂਸ ਨਹੀਂ ਦੇ ਰਹੇ ਪਤਾ ਨਹੀਂ ਕੋਈ ਇਸ਼ੂ ਚੱਲ ਰਿਹਾ ਹੈ ਸੋ ਯਾਰ ਮੇਰੀ ਰਿਕੁਐਸਟ ਆ ਵੀ ਇਹ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤਾਂ ਜੋ ਮੈਂ ਏਦਾਂ ਹੀ ਨਵੇਂ ਨਵੇਂ ਵੀਡੀਓ ਆਪ ਪਗਦੀਆਂ ਪਰਨੇ ਦੀਆਂ ਪਾਉਂਦਾ ਰਹਾ ਵੀਡੀਓ ਵਾਰ ਤੋਂ ਵਾਰ ਹੁਣ ਚੱਲਦੀ ਨੂੰ ਸ਼ੇਅਰ ਕਰੋ ਤੁਸੀਂ ਬਾਅਦ ਚ ਭੁੱਲੇ ਜਾਣਾ ਸ਼ੇਅਰ ਕਰਨਾ ਪਹਿਲਾਂ ਸ਼ੇਅਰ ਕਰ ਦਿਓ ਯਾਰ ਫਿਰ ਬਾਅਦ ਚ ਅੱਗੇ ਵੀਡੀਓ ਦੇਖਿਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਸੀਂ ਇਹ ਵੀਡੀਓ ਕਿੱਥੋਂ ਕਿੱਥੋਂ ਦੇਖੀ ਤੇ ਦੇਖੋ ਹੁਣ ਆਪਾਂ ਲਾ ਗਏ ਚਾਰ ਲੜ ਤੇ ਵੀਰ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਵੀ ਤੁਹਾਡੇ ਪਰਨੇ ਦੀ ਲੈਂਥ ਕਿੰਨੀ ਆ ਪਰਨੇ ਦੀ ਲੈਂਥ ਹੈਗੀ ਆ ਜੀ 4 ਮੀਟਰ ਇਹ ਹੈਗਾ ਪਰਨਾ ਡੱਬੀ ਵਾਲਾ ਪਰਨਾ ਤੁਸੀਂ ਕੋਈ ਵੀ ਦੁਕਾਨ ਤੋਂ ਲੈ ਸਕਦੇ ਹੋ ਤੇ ਐਂਡਰ ਲੜਨੀ ਹੈਗਾ ਜੀ ਇਹ ਸੈਕੰਡ ਲਾਸਟ ਲਾੜਾ ਹੁਣ ਆਪਾਂ ਸੈਕੰਡ ਲੜ ਲਾਸਟ ਲੜ ਲਾਉਣ ਲੱਗੇ ਇਹ ਗੱਲ ਯਾਦ ਰੱਖਣੀ ਆ ਇਧਰੋਂ ਅੱਖ ਤੱਕ ਲੜ ਲੈ ਕੇ ਆਉਣੇ ਆ ਤੇ ਸਿੰਪਲੀ ਜਿੱਦਾਂ ਆਪਾਂ ਬੱਟ ਪਾਉਂਦੇ ਹੁੰਨੇ ਆ ਪਟਿਆਲਾ ਸੀਪਾਗ ਦੇ ਵਿੱਚ ਉਦਾਂ ਬੱਟ ਪਾ ਕੇ ਉੱਪਰੋਂ ਫੋਲਡ ਕਰਕੇ ਤੇ ਪਰਨੇ ਨੂੰ ਨਾਲ ਦੀ ਨਾਲ ਦੱਬ ਕੇ ਉੱਪਰੋਂ ਚੱਕਰੇ ਸ਼ੇਪ ਦਿੰਦੇ ਹੋਏ ਆਪਾਂ ਇਹ ਲੜ ਨੂੰ ਵੀ ਲਾ ਦੇ ਮੰਗੇ ਤੇ ਇਹ ਲੜ ਲਾਉਣ ਤੋਂ ਬਾਅਦ ਹੁਣ ਆਪਾਂ ਆਖੀ ਲੜ ਲਾਵਾਂਗੇ ਜਿਹੜਾ ਆ ਦੇਖੋ ਜ਼ਿਆਦਾਤਰ ਵੀਰਾਂ ਨੂੰ ਆਹੀ ਆ ਵੀ ਦੇਖੋ ਅੰਨਕ ਪਰਣਾ ਬਹੁਤ ਹੁੰਦਾ ਪਰ ਫਿਰ ਵੀ ਮਤਲਬ ਮੈਂ ਥੋੜਿਆ ਪਰਣਾ ਬੜਾ ਹੀ ਬੰਨਦਾ ਹਾਂ ਸੋ ਆ ਆਹ ਨਾਲ ਲੜ ਲਾ ਰਹੇ ਹਾਂ ਥੋੜਾ ਐਕਸਟਰਾ ਲੜੇ ਆ ਹੁਣ ਤੁਸੀਂ ਇਹਦੇ ਪਰੇ ਆਖਰੀ ਪੱਲਾ ਕਿਵੇਂ ਫਿੱਟ ਕਰਨਾ ਉਹ ਸਿੱਖੋਗੇ ਆਪਾਂ ਸਿੰਪਲੀ ਦੇਖੋ ਇਸ ਪ੍ਰਕਾਰ ਲਿਆਉਣਾ ਜਿੱਦਾਂ ਆਪਾਂ ਪਰਿਆਲਾ ਸੀ ਪੱਗ ਦਾ ਲੜ ਜਾਂ ਕੋਈ ਵੀ ਨੋਕ ਵਾਲੀ ਪੱਗ ਦਾ ਲੜ ਮੋੜ ਕੇ ਲਾਉਂਦੇ ਹੁੰਦੇ ਆ ਉਕਣ ਆਪਾਂ ਨੇ ਆਹ ਪੱਗ ਦਾ ਜਿਹੜਾ ਲਾੜਾ ਉਦਾਂ ਫੋਲਡ ਕਰ ਲੈਣਾ ਦੇਖੋ ਫੋਲਡ ਕਰਕੇ ਬਾਅਦ ਚ ਸੈਂਟਰ ਚ ਕਰ ਲੈਣਾ ਉੱਪਰ ਫੋਲਡ ਕਰਨਾ ਨਹੀਂ ਭੁੱਲਣਾ ਜੇ ਤੁਸੀਂ ਉੱਪਰ ਫੋਲਡ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਸ਼ੇਪ ਆ ਪਿਛਲੀ ਸਾਈਡ ਤੋਂ ਪਰਨ ਦੀ ਵਧੀਆ ਨਹੀਂ ਆਉਣੀ ਤੁਸੀਂ ਆਪਣੇ ਅਕੋਰਡਿੰਗ ਯਾਨੀ ਕਿ ਇਹ ਪਰਨ ਦੀ ਲੈਂਥ ਵੀ ਰੱਖ ਸਕਦੇ ਹੋ ਮੈਂ ਮੇਰਾ ਇਹ 4 ਮੀਟਰ ਦਾ ਪੂਰਾ ਕਿਉਂਕਿ ਮੈਂ 4 ਮੀਟਰ ਦਾ ਹੀ ਪਰਨਾ ਬੰਦਦਾ ਤੇ ਬਾਕੀ ਜਿਹੜਾ ਲੜ ਰਹਿ ਗਿਆ ਆਪਾਂ ਇੱਥੇ ਲਾ ਕੇ ਲੁੱਪੀ ਨੂੰ ਲਾ ਦੇਣਾ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਯਾਰ ਸ਼ੇਅਰ ਕਰਨਾ ਲਾਜ਼ਮੀ ਆ ਕੋਈ ਬੰਦਾ ਸ਼ੇਅਰ ਕਰਨਾ ਨਾ ਭੁੱਲੋ ਯਾਰ ਬਹੁਤ ਦਿਨ ਹੋ ਗਏ ਤੁਸੀਂ ਵੀਡੀਓ ਨੂੰ ਮਤਲਬ ਰਿਸਪੌਂਸ ਨਹੀਂ ਦੇ ਰਹੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਰਿਸਪੌਂਸ ਦਿਓ ਧੰਨਵਾਦ ਤੁਹਾਡਾ ਜਲਦੀ